ਰਾਜਾ ਸੀ ਭਾਈ, ਰਾਜੇ ਦੇ 7 ਵਿਆਹ ਸੀਗੇ, 7 ਦੇ ਔਲਾਦ ਨਹੀਂ ਸੀ। 7 ਦੇ ਔਲਾਦ ਨਾਲ ਉਹ ਭਾਈ ਰੋਜ਼ ਰਾਜਾ ਘਾਹ ਖੋਤਣ ਜਾਇਆ ਕਰਿਆ। ਆਪ ਉਹਨੂੰ ਇੱਕ ਸਾਧ ਮਿਲਿਆ, ਉਹ ਕਹਿੰਦਾ ਉਹ ਐਂ ਕਰ ਭਾਤਾ ਖੁੰਡਾ ਲੈ ਜਾ, ਫਲਾਨੇ ਥਾਂ ਇੱਕ ਨਿੰਬੂਆਂ ਦਾ ਬੂਟਾ, ਉਹਦੇ ਇੱਕ ਖੁੰਡੇ ਹੀ ਮਾਰੀ, ਦੂਜਾ ਨਾ ਮਾਰੀ। ਕਹਿੰਦਾ ਕਿਉਂ ਬਾਬਾ? ਕਹਿੰਦਾ ਜਿੰਨੇ ਉਹਦੇ ਡਿੱਗਣਗੇ ਜਾ ਕੇ ਰਾਣੀਆਂ ਨੂੰ ਦੇ ਦੀ, ਬੱਚੇ ਹੋ ਜਾਣਗੇ। ਕਹਿੰਦਾ ਵੀ ਚੰਗਾ। ਉਹਨੇ ਚੱਕ ਕੇ ਭਾਈ ਉਵੇਂ ਕਰਿਆ, ਉਹਨੇ ਜਦੋਂ ਮੰਨ ਕੇ ਚੱਲ ਖੁੰਡਾ ਮਾਰਿਆ, ਉਹਦੇ 7 ਨਿੰਬੂ ਡਿੱਗੇ। ਉਹਨੇ ਆਖਿਆ ਵੀ ਕਿੱਦਾਂ ਦਾ ਹੋਰ ਸੁੱਟ ਲੈਂਦੇ ਆਪਾਂ, ਸਾਧ ਕਿਹੜਾ ਦੇਖਦਾ। ਜਦੋਂ ਭਾਈ ਉਹ ਦੁਆਰੇ ਖੁੰਡਾ ਮਾਰਿਆ, ਖੁੰਡਾ ਡਿੱਗਿਆ ਨਾ ਥੱਲੇ, ਤਾਂ ਹੀ ਰਹਿ ਗਿਆ। ਤਾਂ ਚੜ੍ਹ ਜਾ ਕਰੇ ਤਾਂ ਥੱਲੇ ਆ ਜਾ, ਕਹਿੰਦਾ ਥੱਲੇ ਆ ਜਾ ਕਰੇ ਤਾਂ ਤਾਂ ਚੜ੍ਹ ਜਾ ਕਰਨੂੰ। ਸਾਧ ਕੋਲ ਵੱਗ ਗਿਆ, ਕਹਿੰਦਾ ਵੀ ਬਾਬਾ ਮੇਰੇ ਨਾਲ ਤਾਂ ਹੋਈ। ਕਹਿੰਦਾ ਤੂੰ ਕਰਦਾ ਲਾਲਚ ਭਾਈ, ਲਾਲਚ ਨਾ ਕਰੀ, ਲੈ ਜਾ ਚੱਕ ਕੇ। ਉਹ ਲਿਜਾ ਕੇ ਭਾਈ ਉਹ ਕਰਤ ਹੈ, ਉੱਥੋਂ ਕਹਾਵਤ ਨਹੀਂ ਕਹਿੰਦੇ ਔਲੇ ਦਾ ਖਾਧਾ। ਉਹ ਕਹਿੰਦਾ ਵੀ ਮੰਨ ਕੇ ਚੱਲ, ਕਹਿੰਦਾ ਰਾਣੀਆਂ ਨੂੰ ਕਹਿੰਦਾ ਵੀ ਲੈ ਰਾਣੀਆਂ, ਮੈਂ ਨਿੰਬੂ ਲਿਆਇਆ ਵੀ ਤੁਸੀਂ 7 ਨੇ ਕੀ ਖਾਣਾ, ਵੀ ਤੁਹਾਡੇ 7 ਦੇ ਔਲਾਦ ਹੋਜੂ। ਉਹ ਕਹਿੰਦੀ ਜੀ ਚੰਗਾ ਖਾ ਲਾਂਗੇ। ਇੱਕ ਵਿਚਾਰੀ ਸੰਭਰਦੀ ਫਿਰਦੀ ਤੀ, ਉਹ ਕਹਿੰਦੀ ਜੀ ਆਲੇ 'ਤੇ ਸਾਧ ਦਿਓ, ਮੈਂ ਤਾਂ ਫਿਰ ਖਾਊਂ। ਉਹਨੇ ਭਾਈ ਆਲੇ 'ਚ ਰੱਖਤਾ, ਉਹਦਾ ਭਾਈ ਨੌਲਾ ਜੂਠਾ ਕਰ ਗਿਆ ਕਿਤੇ। ਉਹਨਾਂ ਦੇ 7 ਦੇ ਤਾਂ ਹੋਏ ਭਾਈ ਮੁੰਡੇ, ਉਹਦੇ ਸੀਆਂ ਦੇ 7ਵੀਂ ਦੇ ਭਾਈ ਨੌਲਾ ਹੋ ਗਿਆ। ਨੌਲਾ ਹੋਇਆ ਭਾਈ, ਨੌਲਾ ਦੀ ਹਿਸ਼ਿਆਰ ਵਾਲਾ, ਉਹ ਕਹਿੰਦੇ ਵੀ ਐਂ ਕਰੋ ਬੰਟਵਾਰਾ ਕਰੋ ਇਹਦੇ ਨਾਲ ਆਪਾਂ, ਵੀ ਇਹ ਤਾਂ ਨਿਓਲਾ ਹੁਣ ਇਹਦੇ ਨਾਲ ਆਪਣਾ ਕੀ ਹੋਇਆ। ਉਹ ਕਹਿੰਦਾ ਮੈਨੂੰ ਬੰਟਵਾਰੇ 'ਚ ਕੀ ਦੇਵੋਂਗੇ? ਕਹਿੰਦਾ ਵੀ ਕੁਛ ਸਾਂਭ ਲੈ। ਕਹਿੰਦਾ ਪਹਿਲਾਂ ਤੁਸੀਂ ਸਾਂਭੋ। ਉਹਨਾਂ ਨੇ ਭਾਈ ਸੀਆਂ ਨੇ ਘੋੜੀਆਂ ਸਾਂਭ ਲੀਆਂ। ਉਹ ਕਹਿੰਦਾ ਵੀ ਅਸੀਂ ਤਾਂ ਸਾਂਭ ਲਿਆ, ਹੁਣ ਤੂੰ ਕੀ ਸਾਂਭੇਗਾ? ਕਹਿੰਦਾ ਮੈਂ ਤਾਂ ਆਪਦਾ ਸਕਾਰ ਸਾਂਭੂ। ਉਹਨੇ ਬਿੱਲੀ ਕਰ ਲਈ ਤਿਆਰ, ਬਿੱਲੀ ਦੀ ਸਪੀਡ ਵੱਧ ਹੁੰਦੀ ਹੈ। ਉਹ ਕਹਿੰਦਾ ਵੀ ਲੈ ਐਂ ਕਰਿਆ ਕਰੋ ਵੀ ਜਾਂ ਤਾਂ ਤੁਸੀਂ ਮੂਹਰੇ ਵਗ ਜਾ ਕਰੋ, ਮੈਂ ਮੰਗਰਾਇਆ ਕਰੂੰ, ਜਾਂ ਤੁਸੀਂ ਭਾਈ ਮੰਗਰਾਇਆ ਕਰੋ, ਮੈਂ ਮੂਹਰੇ ਵਗ ਜਾ ਕਰੂੰ। ਉਹ ਕਹਿੰਦਾ ਵੀ ਤੇਰਾ ਰਾਹ ਅਲੱਗ ਆ, ਸਾਡਾ ਅਲੱਗ ਹੈ। ਕਹਿੰਦਾ ਵੀ ਚੰਗਾ। ਉਹਨੇ ਭਾਈ ਕੀ ਕੀਤਾ, ਜਦੋਂ ਬਿੱਲੀ ਦੇ ਡੰਡਾ ਮਾਰਿਆ ਉਹਨੇ, ਹੁਣ ਉਹ ਨਹਿਰ ਦੇ ਦੂਜੇ ਪਾਸੇ ਦੀ ਕੱਸੀ 'ਤੇ ਲਾ ਲਿਆ, ਉਹ ਦੂਜੇ ਪਾਸੇ 'ਤੇ ਉਹਨੇ ਬਿੱਲੀ ਨੇ ਮਾਰੀ ਸਾਲ, ਦੂਜੇ ਪਾਸੇ ਜਾ ਟੱਪੀ। ਉੱਧਰਲੇ ਪਾਸੇ 'ਤੇ ਬਾੜਾ ਕਚਰਿਆਂ ਦਾ, ਨੌਲਾ ਦਾ ਬਾੜੇ ਜਾਵੜਿਆ। ਉਹ ਕਹਿੰਦਾ ਬਾਈ ਜਾਂ ਸਾਨੂੰ ਛੱਡ ਦੇ, ਉਹਨਾਂ ਕਿ ਨਹੀਂ ਵੀ ਚਲਾ ਦਿਆ ਕਰੇ। ਕਹਿੰਦਾ ਤੁਸੀਂ ਮੇਰੇ ਨੂੰ ਲਾਗੋ ਯਾਰ, ਅਲੱਗ ਰਹੋ। ਤਾਂ ਥੋੜ੍ਹਾ ਘਣਾ ਟਾਈਮ ਲੰਘਿਆ ਭਾਈ ਇਤਨੇ। ਨੌਲਾ ਕਹਿੰਦਾ ਵੀ ਆਪਦੀ ਮਾਂ ਨੂੰ ਕਹਿੰਦਾ, ਕਹਿੰਦਾ ਮਾਂ? ਕਹਿੰਦੇ ਹਾਂ। ਕਹਿੰਦਾ ਇਹਨਾਂ ਕੋਲ ਤਾਂ ਘੋੜੇ ਨੇ, ਵੀ ਤੂੰ ਰੌਲਾ ਪਾ, ਹੁਣ ਮੈਂ ਤਾਂ ਕੁਛ ਕਹਿ ਨਹੀਂ ਸਕਦਾ, ਵੀ ਮੈਨੂੰ ਘੋੜਾ ਦਵਾ। ਉਹ ਕਹਿੰਦੀ ਪੁੱਤ ਤੂੰ ਛੋਟ ਹੈ, ਇਹ ਵੱਡੇ ਨੇ, ਵੀ ਤੂੰ ਮੰਨ ਕੇ ਚੱਲ ਘੋੜਾ ਤੈਂ ਕੀ ਕਰਨਾ। ਕਹਿੰਦਾ ਮਾਂ ਮੈਨੂੰ ਘੋੜਾ ਦਵਾ। ਕਹਿੰਦੀ ਨਾ ਭਾਈ ਮੈਂ ਨਹੀਂ ਕਹਿੰਦੀ, ਤੂੰ ਹੀ ਕਹਿ ਦੇ। ਉਹ ਕਹਿੰਦਾ ਲੈ ਫਿਰ ਮੈਂ ਨਹੀਂ ਆਉਂਦਾ ਮੁੜ ਕੇ। ਉਹ ਕਹਿੰਦੀ ਜਮਾਨ ਆਈ, ਪਰ ਮੈਂ ਨਹੀਂ ਕਹਿੰਦੀ ਕਿ ਭਾਈ ਉਹ ਨਿਓਲੇ ਨੇ ਆਪਦੀ ਹੱਕੀ ਬਿੱਲੀ ਤੁਰਿਆ ਫਿਰਦਾ ਖੇਡਦਾ ਅਤੇ ਘੁਮਿਆਰਾਂ ਦੇ ਵੱਗ ਗਿਆ। ਘੁਮਿਆਰਾਂ ਦੇ ਗਿਆ, ਘੁਮਿਆਰ ਉਹਨਾਂ ਨੇ ਜਾਣਾ ਤੀ ਗਾਂ ਵਿਆਹ ਸਾਦੀ। ਉਹ ਕਹਿੰਦੀ ਵੀ ਨਿਓਲਿਆ? ਕਹਿੰਦਾ ਹਾਂ। ਕਹਿੰਦੀ ਸਾਡੇ ਜਵਾਕ ਨੂੰ ਲੈਟਰਿੰਗ 'ਚ ਲੈ ਜਾ, ਕਹਿੰਦੀ ਅਸੀਂ ਵਿਆਹ ਨੂੰ ਤਿਆਰ ਹੁੰਦੇ ਹਾਂ। ਕਹਿੰਦਾ ਲੈ ਜਾਂਦਾ ਮਾਸੀ, ਜਾ ਕੇ ਜਵਾਕ ਨੂੰ ਕੀੜਿਆਂ ਵਾਲੇ ਭੌਣ 'ਤੇ ਬਿਠਾ ਤਾ ਕਿਆ ਥਾਵੇਂ। ਪਰ ਕਹਿੰਦਾ ਮੈਨੂੰ ਐਂ ਦੱਸ ਵੀ ਤੁਹਾਡੇ ਬੁੜਾ ਬੁੜੀ ਦੀ ਮਾਇਆ ਕਿੱਥੇ ਹੈ? ਉਹ ਕਹਿੰਦਾ ਵੀ ਬੁੜੀ ਦੀ ਮਾਇਆ ਤਾਂ ਚੁੱਲ੍ਹੇ ਦੇ ਵੱਟੇ ਨਾਲ ਹੁੰਦੀ ਹੈ, ਬੁੜੇ ਦੀ ਸਾਡੇ ਦੀ ਚੱਕ ਨਾ। ਕਹਿੰਦਾ ਬਸ ਬਹਿ ਜਾ ਫਿਰ।
ਕਿ ਮੈਂ ਅੜ ਦਿੱਤੀ ਗਦੀ। ਉਹਨੇ ਤਾਂ ਕੀ ਕੀਤਾ ਵੀ ਕੱਢੀ ਮਾਇਆ ਸਾਰਿਆਂ ਦੀ, ਗਦੀ ਨੂੰ ਚਾਰ ਦਿਆ ਕਰੀ ਲਿਆਇਆ। ਜਦੋਂ ਘੁਮਿਆਰੀ ਆ ਗਈ ਵਿਆਹੋਂ ਮੁੜ ਕੇ, ਕਹਿੰਦਾ ਮਾਸੀ ਆ ਕੇ ਮੈਂ ਜਾਵਾਂ? ਕਹਿੰਦੀ ਭਾਈ ਵਗ ਜਾ। ਕਹਿੰਦਾ ਮੈਂ ਗਦੀ ਲਿਜਾਊਂ? ਕਹਿੰਦੀ ਭਾਈ ਮੈਂ ਗਦੀ ਕਿਤੇ ਕਰਨੀ ਹੈ, ਗਦੀ ਤਾਂ ਤੇਰੇ ਕੰਮ ਨਹੀਂ। ਕਹਿੰਦਾ ਨਹੀਂ ਮਾਸੀ, ਸਾਡੇ ਘੋੜੇ ਨੇ, ਮੇਰੇ ਕੋਲ ਨਹੀਂ ਹੈਗਾ, ਮੈਂ ਤਾਂ ਗਦੀ ਲੈ ਕੇ ਜਾਊਂ। ਉਹ ਕਹਿੰਦੀ ਭਾਈ ਤੈਨੂੰ ਮੈਂ, ਅਸੀਂ ਘੋੜਾ ਦਵਾ ਦਿਆਂਗੇ, ਗਦੀ ਕੀ ਕਰਨੀ ਹੈ? ਕਹਿੰਦਾ ਨਾ ਮਾਸੀ, ਮੈਂ ਤਾਂ ਗਦੀ ਲੈ ਕੇ ਜਾਊਂ। ਕਹਿੰਦੀ ਭਾਈ ਚੱਲ ਹਿੰਡ ਪੈ ਕੇ ਲੈ ਜਾ। ਅਤੇ ਉਹਨੇ ਤਾਂ ਆਉਂਦੇ ਨੇ ਕੋਈ ਨਾਲ ਹੋਰ ਸ਼ਕੀਲ ਲਿਆ ਤੇਰੇ ਵਰਗਾ, ਕਹਿੰਦਾ ਵੀ ਐਂ ਕਰ ਘੋਟਣਾ ਲਿਆ ਨਿੰਮ ਦਾ ਕਢਾ ਕੇ ਵਧੀਆ ਨਰੋਆ ਕਢਾ ਲਿਆਂਦਾ। ਕਹਿੰਦਾ ਲੈ ਵੀ ਦੱਸੀ ਨਾ ਕਿਸੇ ਨੂੰ, ਆਪਣੇ ਦੋਨਾਂ 'ਚ ਗੱਲ ਰਹੇ। ਕਹਿੰਦਾ ਹਾਂ। ਕਹਿੰਦਾ ਗਦੀ ਮਾਰ ਦੇ। ਕਹਿੰਦਾ ਹਾਂ, ਮੈਥੋਂ ਕੁ ਪਾਪ ਕਰਾਉਣਾ, ਗਦੀ ਮਰਵਾਉਣਾ? ਕਹਿੰਦਾ ਨਾ, ਗਦੀ ਮਾਰ ਦੇ ਮੇਰੇ ਕੋਲ ਤੂੰ। ਉਹ ਕਹਿੰਦਾ ਗੱਲ ਤਾਂ ਦੱਸ। ਕਹਿੰਦਾ ਤੈਨੂੰ ਮੈਂ ਦੱਸੂ, ਤੂੰ ਗਦੀ ਮਾਰ ਦੇ। ਉਹਨੇ ਵੀ ਕਹੇ ਤਾਂ ਉਹਦੇ ਮੱਥੇ 'ਚ ਮਾਰਿਆ, ਗਦੀ ਡਿੱਗ ਪਈ। ਕਹਿੰਦਾ ਹੁਣ ਤਾਂ ਢਿੱਡ ਕੁੱਟ ਦੇ ਇਕੱਲਾ। ਉਹ ਢਿੱਡ ਕੁੱਟਿਆ ਪਈ, ਉਹਦੇ 'ਚ ਰਕਮ ਲਿਕਣ, ਪੈਸੇ ਲਿਕਣ ਲੱਗ ਗਏ। ਉਹ ਭਾਈ ਲਾਲਚ 'ਚ ਆ ਗਿਆ, ਮੇਰੇ ਵਰਗਾ ਹੋਰ ਕੁੱਟੀ ਗਿਆ। ਹੁਣ ਕਿ ਉਹਨੇ ਤਾਂ ਖਾਸੇ ਪੈਸੇ ਕੱਢ ਲਏ। ਕਹਿੰਦਾ ਲੈ ਕਰ, ਅੱਧੇ ਤੂੰ ਰੱਖ ਲਾ, ਅੱਧੇ ਮੈਨੂੰ ਦੇ ਦੇ, ਆਪਾਂ ਘੋੜਾ ਲਵਾਂਗੇ। ਕਹਿੰਦਾ ਵੀ ਚੰਗਾ। ਉਹ ਦੂਜੇ ਕੋ ਉਹ ਸੀਏ ਭਾਈ ਜਿਹੜੇ ਉਹ ਕਹਿੰਦੇ ਤੂੰ ਕਿੱਥੋਂ ਇੰਨੇ ਪੈਸੇ ਲਿਆਇਆ, ਘੋੜਾ ਲਿਆਇਆ? ਕਹਿੰਦਾ ਮੇਰੇ ਕੋਲ ਤਾਂ ਹਜੇ ਗਦੀ ਤੀ, ਜੇ ਤੁਹਾਡੇ ਕੋਲ ਘੋੜੀਆਂ ਹੁੰਦੀਆਂ, ਕਹਿੰਦਾ ਮੈਂ ਤਾਂ ਪੈਸੇ ਪੈਸੇ ਕਰ ਦਿੰਦਾ। ਕਹਿੰਦਾ ਉਹ ਕਿਵੇਂ? ਕਹਿੰਦਾ ਫਲਾਨੇ ਨੂੰ ਪੁੱਛ ਲੈ। ਉਹਨੂੰ ਫਲਾਨਾ ਵਿਚਾਰਾ ਰਾਹ 'ਚ ਰਲਿਆ, ਤੈਨੂੰ ਕੀ ਪਤਾ ਤੀ? ਉਹ ਕਦੇ ਕੋਲ ਵੱਗ ਗਏ। ਕਹਿੰਦੇ ਸਾਡੇ ਵਾਲਾ ਨਿਓਲਾ ਇੰਨੇ ਪੈਸੇ ਕਿੱਥੋਂ ਲਿਆ? ਕਹਿੰਦਾ ਗੱਲ ਤਾਂ ਖਰ ਉਹਦੇ ਵਾਲੀ ਪੱਕੀ ਆ, ਕਹਿੰਦਾ ਜੇ ਤੁਹਾਡੇ ਮੂੰਹ ਘੋੜੀਆਂ ਹੁੰਦੀਆਂ ਤਾਂ ਬਾਹਲੇ ਪੈਸੇ ਕਮਾਉਂਦਾ। ਕਹਿੰਦਾ ਅਸੀਂ ਗਦੀ ਕੁੱਟੀ ਗਏ, ਪੈਸੇ ਕਿਸੇ ਢੋਣੀ ਹਟੀ ਗਦੀ। ਕਹਿੰਦਾ ਵੀ ਠੀਕ ਹੈ। ਉਹ ਕਹਿੰਦਾ ਯਾਰ ਗਦੀ ਤਾਂ, ਉਹ ਕਹਿੰਦਾ ਵੀ ਐਂ ਕਰ ਮਾਂ। ਕਹਿੰਦੀ ਹਾਂ। ਕਹਿੰਦਾ ਘੋਟਣਾ ਲਿਆ ਕੇ ਦੇ ਸਾਨੂੰ। ਕਹਿੰਦਾ ਕਿਉਂ? ਕਹਿੰਦਾ ਨਿਓਲਾ ਤਾਂ ਇੰਨੇ ਪੈਸੇ ਕਢਾ ਲਿਆ ਗਦੀ ਤੋਂ, ਘੋੜੀਆਂ 'ਚ ਤਾਂ ਬਾਹਲੇ ਹੋਣਗੇ। ਹੁਣ ਉਹਨੂੰ ਕੋਈ ਪਤਾ ਤੀ ਵੀ ਇਹ ਘੋੜੀ ਨੂੰ, ਗਦੀ ਨੂੰ ਪੈਸੇ ਚਾਰ ਕੇ ਲਿਆ ਮਗਰੋਂ, ਕਿਉਂਕਿ ਉਹਨਾਂ ਨੇ ਸੀਆਂ ਨੇ ਘੋੜੀਆਂ ਮਾਰ ਲਈਆਂ ਮਾਂ ਮਾੜਾ ਘੋਟਣੇ, ਹੁਣ ਪੈਸਾ ਉਹਨਾਂ 'ਚ ਕਿਹੜਾ ਨਿਕਲਣਾ ਤੀ? ਉਹ ਕਹਿੰਦੇ ਉਹ ਨਿਓਲਿਆ। ਕਹਿੰਦੇ ਹਾਂ। ਕਹਿੰਦਾ ਇਹ ਕੀ ਕਰਿਆ? ਕਹਿੰਦਾ ਕਿਉਂ? ਕਹਿੰਦਾ ਸਾਡੀ ਘੋੜੀ 'ਚ ਤਾਂ ਪੈਸੇ ਨਿਕਲੇ ਨਹੀਂ ਯਾਰ, ਤੇਰੀ ਗਦੀ 'ਚੋਂ ਕਿਵੇਂ ਨਿਕਲੇ? ਕਹਿੰਦਾ ਇਹ ਵੀ ਦਿਮਾਗ ਦੇ ਕੰਮ ਨੇ। ਕਹਿੰਦਾ ਕਿਉਂ? ਕਹਿੰਦਾ ਹਾਂ। ਕਹਿੰਦਾ ਐਂ ਕਰੋ, 2 ਘੰਟੇ ਘਰੋਂ ਵਗ ਜਾਓ, ਜੇ ਕਹਿੰਦਾ ਨਾ ਘੋੜੀ 'ਚੋਂ ਪੈਸੇ ਨਿਕਲੇ ਤਾਂ ਮੇਰੀ ਗਰੰਟੀ ਹੈ। ਉਹ ਕਹਿੰਦਾ ਵੀ 2 ਘੰਟੇ ਕਿਵੇਂ? ਕਹਿੰਦਾ 2 ਘੰਟੇ ਘਰੋਂ ਵਗ ਜਾਓ, ਘੋੜੀ 'ਚੋਂ ਪੈਸੇ ਜਿੰਨੇ ਮਰਜ਼ੀ ਕੱਢ ਲਿਓ ਆ ਕੇ। ਉਹ ਜਿਹੜੀ ਇੱਕ ਘੋੜੀ ਤੀ, ਸਮਝ ਲਿਆ ਵੀ ਰਾਜੇ ਦੀ ਰੱਖੀ ਹੋਈ, ਜਿੰਨੇ ਪੈਸੇ ਪਏ ਤੀ ਸਾਰੇ ਘੋੜੀ ਨੂੰ ਚਾਰਤੇ। ਇਤਨੇ ਆ ਗਏ ਉਹ। ਕਹਿੰਦੇ ਕਿਉਂ? ਕਹਿੰਦਾ ਬਸ ਦੱਸ ਤਾਂ ਗਰੰਟੀ ਆ ਮੇਰੀ, ਕੱਢ ਲਓ। ਹੁਣ ਕੀ? ਉਹ ਕਹਿੰਦਾ ਵੀ ਘੋਟਣਾ ਲੈ ਲਓ, ਜਿੰਨੀ ਘੋੜੀ ਕੁੱਟੋਂਗੇ ਉਨੀ ਪੈਸੇ ਨਿਕਲਣਗੇ। ਹੁਣ ਕਦੇ ਘੋੜੀ 'ਤੇ ਮਾਰਿਆ ਕਰਨ ਭਾਈ, ਘੋੜੀ ਕਿਤੇ ਮੂੰਹ ਥੈਂਦੀ, ਕਿਤੇ ਗੋਹੇ ਥੈਂਦੀ, ਐਂ ਮਾਰਿਆ ਕਰੇ ਪਿਚਕਾਰੀ, ਜੇ ਹੁਣ ਪੈਸੇ ਨੂੰ ਚਾਰੇ ਹੋਏ ਤੀ। ਕਹਿੰਦਾ ਉਹ ਇਹ ਘੋੜੀ ਗੱਲ ਪੱਕੇ ਤਾਂ ਪੈਸੇ ਕੱਢਦੀ ਹੈ। ਉਹ ਕਹਿੰਦਾ ਵੀ ਐਂ ਕਰ, ਜਾਂ ਤਾਂ ਕਹਿੰਦਾ ਤੁਸੀਂ ਘੋੜੀ ਤੁਸੀਂ ਰੱਖ ਲਓ, ਰਾਜ ਮੈਨੂੰ ਦੇ ਦਿਓ, ਜਾਂ ਕਹਿੰਦਾ ਫਿਰ ਘੋੜੀ ਮੈਨੂੰ ਦੇ ਦਿਓ, ਰਾਜ ਤੁਸੀਂ ਰੱਖ ਲਓ। ਉਹ ਕਹਿੰਦਾ ਮੇਰਾ ਸਾਰਾ ਰਾਜ ਤਾਂ ਉਨਾ ਹੀ ਆ ਜਿਹੜਾ ਹੈਗਾ, ਘੋੜੀ ਨਾਲ ਤਾਂ ਕੁਛ ਕਰ ਲਾਂਗੇ ਆਪਾਂ, ਘੋੜੀ ਤਾਂ ਰੋਜ਼ ਪੈਸੇ ਦਿਆ ਕਰੂਗੀ। ਕਹਿੰਦਾ ਐਂ ਕਰ, ਸੱਸ ਤਾਂ ਰਾਜ ਲੈ ਲਿਆ। ਕਹਿੰਦਾ ਲਿਖ। ਉਹਨੇ ਪਿਛੀਆਂ ਤੋਂ ਲਿਖ ਕੇ ਲੈ ਲਿਆ ਵੀ ਰਾਜ ਨੇ ਉਹਨੂੰ ਦਿੱਤਾ। ਉਹ ਭਾਈ ਦੂਜੇ ਦਿਨ ਘੋਟਣਾ ਚੱਕ ਲਿਆ, ਹੁਣ ਘੋੜੀ ਨੇ ਕਿਹਨੂੰ ਪੈਸੇ ਦੇਣੇ ਤੀ, ਜਿਹੜੇ ਇੱਕ ਹੈਗੇ ਤੇ ਤਾਂ ਕੱਢ ਲਏ। ਉਹ ਕਹਿੰਦੇ ਨਿਓਲਿਆ। ਕਹਿੰਦਾ ਹਾਂ। ਕਹਿੰਦਾ ਘੋੜੀ ਨੇ ਤਾਂ ਪੈਸੇ ਦਿੱਤੀ ਨਹੀਂ। ਕਹਿੰਦਾ ਘੋੜੀ ਨੇ ਪੈਸੇ ਨਹੀਂ ਦਿੱਤੇ? ਕਹਿੰਦਾ 19 ਦੇਣੇ ਤੀ, ਜਿੰਨੇ ਚਾਰੇ ਤੀ, ਹੁਣ ਵੱਧ ਕਿੱਥੋਂ ਦੂ? ਕਹਿੰਦਾ ਚਾਰੇ ਕਿਵੇਂ? ਕਹਿੰਦਾ ਰਾਜੇ ਦੀ ਘੋੜੀ ਤੀ, ਰਾਜੇ ਦੇ ਪੈਸੇ ਚਾਰੇ ਤੀ ਮੈਂ, ਉਹ ਤੁਸੀਂ ਕੁੱਟੀ ਕਿਉਂ? ਕਹਿੰਦਾ ਉਹ ਕੱਢੀ ਗਿਆ ਤਾਂ ਮੁੱਕ ਗਏ। ਕਹਿੰਦਾ ਹੁਣ ਕਿੱਥੋਂ ਕੱਢੂ? ਕਹਿੰਦਾ ਫਿਰ ਕਹਿੰਦਾ ਹੁਣ ਤਾਂ ਰਾਜ ਦੇ ਦਿੱਤਾ, ਮੈਂ ਤਾਂ ਰਾਜ ਲੈਣਾ ਤੁਸੀਂ ਉੱਥੋਂ, ਰਾਜ ਤੁਸੀਂ ਮੈਨੂੰ ਲਿਖ ਕੇ ਦੇ ਦਿੱਤਾ।
ਉਹ ਕਹਿੰਦਾ ਵੀ ਠੀਕ ਹੈ ਬਸ। ਉਹ ਕਹਿੰਦਾ ਇਹਨੂੰ ਫਿਰ ਕਹਿੰਦਾ ਇਹਨੂੰ ਕਹਿੰਦੇ ਨਾ ਕਿਨੌਲੇ ਦਾ, ਉੱਥੋਂ ਕਹੋਤ ਬਣੀ ਹੈ ਕਿਨੌਲੇ ਦਾ ਖਾਧਾ, ਸਿਆਣੇ ਦਾ ਕਿਨੌਲੇ ਦਾ ਖਾਧਾ ਮਗਰ ਓੜਦੀ ਹੈ। ਉਹਨਾਂ ਨੂੰ ਵੀ ਨਹੀਂ ਓੜੀ ਵੀ ਇਹ ਘੋੜੀ ਪੈਸੇ ਕਿਉਂ ਦਿੰਦੀ ਹੈ। ਕਹਿੰਦੇ ਰਾਜ ਦੇ ਦਿੰਦੇ ਹਾਂ ਤੈਨੂੰ, ਕਿ ਘੋੜੀ ਨਹੀਂ ਪਰ ਦਿੰਦੀ। ਕਹਿੰਦਾ ਮੈਨੂੰ ਤਾਂ ਰਾਜ ਲਿਖ ਦਿਓ, ਘੋੜੀ ਤੁਸੀਂ ਰੱਖ ਲਓ। ਐਡੀ ਕੀਤੀ ਤਾਂ